हाँ जी इंद्रजीत जी, थोड़ी गैस्ट्रिक बाईपास सर्जरी कदों हुई सी? ये सर 28 फरवरी 2009, आलमोस्ट 8 हफ्ते पहला। 8 हफ्ते मतलब 2 महीने हो गए जी। अच्छा ये दसो कि पहला की थोड़ा प्रॉब्लम्स की सी? शुगर मेरी रेगुलर हाई रहती सी, ब्लड प्रेशर हाई रहता सी, और नींद की प्रॉब्लम बहुत ज़्यादा सी, स्लीप एपनिया, स्लीप एपनिया जिन्हों के तुम दसते हो, प्लस मैं बैक च पेन इन्नी सी, मैं खड़ा नहीं सी हो सकता, हर टाइम बैठा रहता सी। अच्छा वेट कितना सी? 136 के प्लस। 136। हाँ जी। अच्छा स्लीप एपनिया बारे दसो जो की हुंदा सी, जो रात में तुसी सोंदे सी किस तरह फील होंदा सी? जदों थोड़ी देर बाद मेरी जाग खुल जानी तो ऐसा लगता जी साह बंद हो गया, मैं उठ के टॉयलेट बैठ जाना या सिगरेट पीनी, आलमोस्ट सारी रात मैं सराहने लैके ऐ बैठ के कटदा हुंदा सी, बैठ के ही नींद आउंदी सी। हाँ, और दिने ड्राइविंग वाइल ऑफिस बैठे जिते बैठा उत्ते बस। ये थोड़ी ऑक्सीजन किन्नी चलती सी सौण वेले आपां चेक कीती होणी? 60-65 ਦੇ ਆਕਸੀਜਨ ਚੱਲ ਰਹੀ ਸੀ, ਪਹੁੰਚ ਜਾਂਦੀ ਸੀ। ਸੋ ਕਾਫੀ ਸੀਰੀਅਸ ਸਲੀਪ ਐਪਨੀਆ ਸੀ? ਹਾਂਜੀ। ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ? ਸ਼ੂਗਰ ਜ਼ਿਆਦਾ ਰਹਿੰਦੀ ਸੀ। ਅੱਛਾ ਅੱਛਾ ਹੁਣ ਤੁਹਾਨੂੰ 2 ਮਹੀਨੇ ਹੋ ਗਏ ਆ ਸਰਜਰੀ ਹੋਈ ਨੂੰ, ਕਿਸ ਤਰ੍ਹਾਂ? ਨਾ ਕੋਈ ਸ਼ੂਗਰ ਦੀ ਅੱਜ ਤੱਕ ਦਵਾਈ ਲਈ ਹੈ, ਨਾ ਬਲੱਡ ਪ੍ਰੈਸ਼ਰ ਦੀ, ਪਲੱਸ ਸਲੀਪ ਐਪਨੀਆ ਦਾ ਤਾਂ ਪਤਾ ਹੀ ਨਹੀਂ ਵੀ ਕੋਈ ਪਹਿਲਾਂ ਸੀ ਮੈਨੂੰ। ਅੱਛਾ। ਇਹ ਤਾਂ ਬਹੁਤ ਅੱਛੀ ਨੀਂਦ ਆਉਂਦੀ ਹੈ ਔਰ ਸਿਹਤ ਦਿਨੋਂ ਦਿਨ ਅੱਛੀ ਹੁੰਦੀ ਹੁੰਦੀ, ਵਜ਼ਨ ਮੇਰਾ 22 ਕਿਲੋ ਪਲੱਸ ਘੱਟ ਗਿਆ 2 ਮਹੀਨਿਆਂ 'ਚ। ਅੱਛਾ। ਅਤੇ ਜਿਹੜੀ ਤੁਸੀਂ ਗੱਡੀ ਚਲਾਉਣ ਵੇਲੇ ਨੀਂਦ ਆ ਜਾਂਦੀ ਸੀ ਉਹ ਕਿਸ ਤਰ੍ਹਾਂ ਹੈਗੀ? ਬਿਲਕੁਲ ਨਹੀਂ ਸਰ, ਬਿਲਕੁਲ ਓਕੇ ਹੈ ਬਿਲਕੁਲ। ਮੈਂ ਤੁਹਾਨੂੰ ਦੱਸਿਆ ਕਿ 10 ਦਿਨ ਪਹਿਲਾਂ ਮੈਂ ਦਿੱਲੀ ਰਨ ਥਰੂ ਗਿਆ ਔਰ ਵਾਪਸ ਆਇਆ। ਅੱਛਾ। ਆਪ ਡਰਾਈਵ ਕਰ? ਹਾਂ ਜੀ, ਖੁਦ ਡਰਾਈਵ ਕਰਕੇ। ਅੱਛਾ ਹੁਣ ਕੋਈ ਤੁਹਾਨੂੰ ਵੀਕਨੈਸ ਤਾਂ ਨਹੀਂ ਫੀਲ ਹੋ ਰਹੀ? ਨਾ ਰਾਧਰ, ਮੈਂ ਹੁਣ ਕਿਤੇ ਜਾਣਾ ਹੁੰਦਾ ਮੈਂ ਪ੍ਰੈਫਰ ਕਰਦਾ ਕਿ ਮੈਂ ਪੈਦਲ ਚੱਲ ਜਾਵਾਂ। ਅੱਛਾ, ਦੈਟਸ ਗੁੱਡ। ਕੋਈ ਐਕਸਰਸਾਈਜ਼ ਵੀ ਕਰਦੇ ਹੋ ਤੁਸੀਂ? ਐਕਸਰਸਾਈਜ਼ ਵਾਕਿੰਗ ਸ਼ਾਮ ਨੂੰ 2-3 ਕਿਲੋਮੀਟਰ ਔਰ ਸਵੇਰੇ ਸਾਈਕਲਿੰਗ। ਅੱਛਾ। ਔਰ ਕੱਲ੍ਹ ਰਾਤ ਤੋਂ ਮੈਂ ਜਿਮ ਜੁਆਇਨ ਕਰ ਲਿਆ ਤਾਂ ਕਿ ਥੋੜ੍ਹਾ ਹੋਰ ਫਾਸਟ ਹੋ ਜਾਵੇ। ਯਾ, ਦੈਟਸ ਗੁੱਡ। ਸੋ 2 ਮਹੀਨੇ ਦੇ ਵਿੱਚ 22 ਕਿਲੋ ਭਾਰ ਘਟਿਆ ਤੁਹਾਡਾ ਔਰ ਸ਼ੂਗਰ ਬਿਲਕੁਲ ਠੀਕ ਹੈ, ਸ਼ੂਗਰ ਦੀ ਕੋਈ ਦਵਾਈ ਨਹੀਂ ਲੈ ਰਹੇ ਹੈਗੇ, ਜਿਹੜੀ ਨੀਂਦ ਦੀ ਪ੍ਰੋਬਲਮ ਸੀਗੀ ਉਹ ਵੀ ਠੀਕ ਹੈ, ਚੁਸਤੀ ਫੁਰਤੀ ਤੁਹਾਡੀ ਵਧੀਆ। ਸੋ ਤੁਸੀਂ ਸੈਟੀਸਫਾਈਡ ਹੋ? ਬਿਲਕੁਲ ਸਰ, ਬਹੁਤ ਜ਼ਿਆਦਾ ਜੀ। ਮੇਰੀ ਤਾਂ ਸੈਕੰਡ ਲਾਈਫ ਹੈ ਜੀ, ਮੈਂ ਤਾਂ ਆਪਣੇ ਨੂੰ ਇੱਕ ਵਾਰੀ ਡੈਡ ਡਿਕਲੇਅਰ ਕਰਤਾ ਸੀ। ਓਕੇ ਓਕੇ। ਓਕੇ, ਇੰਨਾ ਜ਼ਿਆਦਾ? ਅੱਛਾ, ਪਹਿਲਾਂ ਮੂਡ ਕਿਸ ਤਰ੍ਹਾਂ ਰਹਿੰਦਾ ਸੀ ਤੁਹਾਡਾ? ਪਹਿਲਾਂ ਹਰ ਟਾਈਮ ਖਿਜਿਆ ਰਹਿਣਾ, ਬੱਚਿਆਂ ਨੂੰ ਗਾਲਾਂ ਕੱਢ, ਕੋਈ ਵਰਕਰ ਆ ਗਿਆ ਉਹਨੂੰ ਗਾਲਾਂ ਕੱਢ, ਮਤਲਬ ਮੈਂ ਚਾਹੁੰਦਾ ਸੀ ਮੈਨੂੰ ਕੋਈ ਡਿਸਟਰਬ ਲਾਏ ਨਾ। ਅੱਛਾ, ਤੇ ਹੁਣ ਕਿਸ ਤਰ੍ਹਾਂ ਰਹਿੰਦਾ ਮੂਡ ਤੁਹਾਡਾ? ਸਵੇਰੇ ਮੈਂ 7:30 ਵਜੇ ਫੈਕਟਰੀ ਚਲਾ ਜਾਣਾ, 12-1 ਵਜੇ ਤੱਕ ਫੈਕਟਰੀ ਬੈਠ, ਉਸ ਤੋਂ ਬਾਅਦ ਦੋਸਤਾਂ ਕੋਲ ਚਲਾ ਗਿਆ, ਸ਼ਾਮ ਨੂੰ ਕਲੱਬ ਗਿਆ। ਅੱਛਾ। ਤੇ ਬੜੀ ਅੱਛੀ ਲਾਈਫ ਆ ਹੁਣ। ਦੈਟਸ ਗੁੱਡ।